ਸਸਕਾ ਵੀਰ ਜੀ ਸਸਕਾਲ ਵੀਰੇ ਇਹ ਵੀ ਸਾਨੂੰ ਭਿੱਖੀ ਡੌਗ ਸ਼ੋਅ ਤੋਂ ਮਿਲੇ ਸੀ ਜੀ ਬਾਈ ਹੋਰਾਂ ਵਾਲੇ ਡੌਗ ਆ ਜੀ ਪਪੇਰੀਅਨ ਜੀ ਬਹੁਤ ਅੱਛਾ ਲੱਗਿਆ ਸੀ ਬਾਈ ਦੀ ਦੁਬਾਰੇ ਵੀਡੀਓ ਬਣਾਉਣ ਆਏ ਜੀ ਅੱਜ ਇਕੱਲੇ ਡੌਗ ਦੀ ਜੀ ਬਾਈ ਦੀ ਵੀ ਜੀ ਇਹਨੂੰ ਤੁਸੀਂ ਕੀ ਦਿੰਦੇ ਹੋ ਜੀ ਖਾਣ ਪੀਣ ਵੀਰੇ ਆਪਾਂ ਨੋਰਮਲ ਡਾਈਟ ਦਿੰਦੇ ਹਾਂ ਆਪਣੀ ਘਰ ਵਾਲੀ ਹੋਮ ਡਾਈਟ ਹੁੰਦੀ ਹੈ ਜਿਹੜੀ ਹੋਮ ਡਾਈਟ ਅੱਛਾ ਜੀ ਕੋਈ ਸਪੈਸ਼ਲ ਕੋਈ ਸਪੈਸ਼ਲ ਡਾਈਟ ਨਹੀਂ ਦਿੰਦੇ ਯਾਰ ਵਧੀਆ ਵੀਰੇ ਗਰੋਥ ਹੋਈ ਹੈ ਤੁਹਾਡੇ ਡੌਗ ਦੀ ਵੀਰੇ ਹੇਅਰ ਤਾਂ ਕੀ ਲਾਉਣੇ ਇਹਦੇ ਕੁਛ ਨਹੀਂ ਲਾਉਂਦੇ ਵੀਰੇ ਇਹਨੂੰ ਨੋਰਮਲ ਡਾਈਟ ਨੋਰਮਲ ਹਫਤੇ 'ਚ ਇੱਕ ਵਾਰੀ ਬਹੁਤ ਸ਼ਾਈਨਿੰਗ ਆ ਜੀ ਇਹਦੇ ਹੇਅਰਾਂ ਦੀ ਵੀਰੇ ਆਮ ਪਪੇਰੀਅਨ ਨਾਲ ਹੇਅਰ ਨਾ ਇਹਦੇ ਖਰਾਬ ਹੋ ਗਏ ਅੱਛਾ ਜੀ ਇਹ ਸਭ ਤੋਂ ਧਿਆਨ ਨਹੀਂ ਹੋਇਆ ਹੁਣ ਮੈਂ ਅੱਜ ਡਾਕਟਰ ਨੂੰ ਦਿਖਾ ਕੇ ਦੇ ਅੱਜ ਸਪਲੀਮੈਂਟ ਲੈ ਕੇ ਆਇਆ ਇਹਦੇ ਹੇਅਰਾਂ ਦੇ ਪਹਿਲੀ ਵਾਰੀ 13 ਮਹੀਨੇ ਦੀ ਹਾਈਟ ਹੋ ਗਈ ਪਹਿਲੀ ਵਾਰੀ ਇਹਨੂੰ ਮੈਂ ਡੌਗ ਸਪਲੀਮੈਂਟ ਦਊਂਗਾ 13 ਮਹੀਨੇ ਦੀ ਹਾਂ ਜੀ 13 ਮਹੀਨੇ ਦਾ ਬੱਚਾ ਹੀ ਆਈ ਇਹ ਡੌਗ ਬਾਈ ਲਵੇ ਆ ਬਾਈ ਕੀ ਪਾਈ ਫਿਰਦੇ ਥੈਲੇ 'ਚ ਵੀਰੇ ਟਰੋਫੀਆਂ ਨੇ ਅੱਛਾ ਥੈਲਾ ਭਰੀ ਫਿਰਦੇ ਬਾਈ ਤੁਸੀਂ ਟਰੋਫੀਆਂ ਦਾ ਬਾਈ ਦੀ ਬਾਈ ਥੈਲੀ ਬਾਈ ਬੈਗ ਭਰੀ ਫਿਰਦਾ ਜੀ ਟਰੋਫੀਆਂ ਦਾ ਦੇਖਦੇ ਆ ਬਾਈ ਲਵੇ ਆ ਕਿੱਥੋਂ ਮਿਲੀ ਹੋਈ ਜੀ ਬਾਈ ਇਹ ਧੂਰੀ ਡੌਗ ਸ਼ੋਅ ਤੋਂ ਮਿਲੀ ਦੀ ਵੀਰੇ ਆਪਾਂ ਨੂੰ ਜੀ ਅੱਛਾ ਬੈਸਟ ਬਰੀਡ ਦੀ ਮਿਲੀ ਆ ਜੀ ਇਹ ਵੀਰੇ ਸੈਕਿੰਡ ਵਾਰੀ ਮਿਲੀ ਦੀ ਇਸ ਤੋਂ ਪਹਿਲਾਂ ਬੀਓਵੀ ਮਿਲੀ ਦੀ ਅੱਛਾ ਇਸ ਤੋਂ ਪਹਿਲਾਂ ਬੀਓਵੀ ਧੂਰੀ ਤੋਂ ਦੋ ਮਿਲੀ ਸੀ ਧੂਰੀ ਦੋ ਮਿਲੀ ਨੇ ਵੀਰੇ ਦੋ ਦੋ ਬੀਓਵੀ ਕਿੱਥੇ ਹੀ ਧੂਰੀ ਨਾਲ ਦੀ ਪਈ ਵੀਰੇ ਆਹੀ ਹੈ ਜੀ ਹਲੇ ਬਾਈ ਧੂਰੀ ਤੋਂ ਦੋ ਟਰਾਫੀਆਂ ਲੈ ਕੇ ਇਹ ਦੋਨੇ ਸਾਨੂੰ ਜੀ ਇੱਕ ਡੌਗ ਸ਼ੋਅ ਤੋਂ ਮਿਲ ਗਈਆਂ ਬਾਈ ਨੇ ਇੱਕ ਡੌਗ ਸ਼ੋਅ ਤੋਂ ਦੋ ਟਰਾਫੀਆਂ ਦਿੱਤੀਆਂ ਨੇ ਬਾਈ ਨੂੰ ਇੱਕ ਡੌਗ ਸ਼ੋਅ 'ਚ ਆਪਣੇ ਦੋ ਰਿੰਗ ਹੁੰਦੇ ਹੁੰਦੇ ਨੇ ਵੀਰੇ ਹਾਂਜੀ ਹਾਂਜੀ ਇੱਕ ਬੈਸਟ ਆਫ ਬੀਓਵੀ ਬਰੀਡ ਬੀਓਵੀ ਅੱਛਾ ਇੱਕ ਬੀਓਵੀ ਤੋਂ ਬਾਅਦ ਉਹ ਲਾਈਨ ਅਪ ਲੱਗਦਾ ਹੁੰਦਾ ਅੱਛਾ ਜੀ ਇਹ ਲਾਈਨ ਅਪ 'ਚ ਲੱਗਾ ਜੀ ਰਿੰਗ ਬੀਓਵੀ ਅੱਛਾ ਲਾਈਨ ਅਪ 'ਚ ਦੂਜਾ ਇੱਕ ਲਾਈਨ ਅਪ 'ਚ ਜੀ ਇੱਕ ਬੀਓਵੀ ਹਾਂਜੀ ਦੋ ਹੀ ਰਿੰਗ ਲਾਏ ਸੋਨੇ ਦੋਵਾਂ 'ਚੋਂ ਟਰਾਫੀਆਂ ਮਿਲੀਆਂ ਨੇ ਜੀ ਅੱਜ ਤੋਂ ਅੱਗੇ ਜੀ ਹੋਰ ਵੀ ਨਹੀਂ ਬਾਈ ਵੀਰੇ ਇਹ ਪਟਿਆਲੇ 'ਚੋਂ ਪਟਿਆਲਾ ਡੌਗ ਸ਼ੋਅ ਹਾਂਜੀ 12 ਇਹ ਵੀ ਬੀਓਵੀ ਹੈ ਇਹ 'ਚ ਆਪਣੇ ਬੀਓਵੀ ਲੱਗਿਆ ਜੀ ਇਹ 'ਚ ਜਦੋਂ ਆਪਣਾ ਲਾਈਨ ਅਪ ਲੱਗਣ ਦਾ ਟਾਈਮ ਸੀ ਹਾਂਜੀ ਸਾਡੀ ਗੱਡੀ ਖਰਾਬ ਹੋ ਗਈ ਸੀ ਅਸੀਂ ਉੱਧਰ ਬਾਹਰ ਪਾ ਕੇ ਉੱਥੇ ਪਹੁੰਚ ਨਹੀਂ ਸਕੇ ਤੁਸੀਂ ਲਾਈਨ ਅਪ 'ਚ ਬਾਈ ਪਹੁੰਚ ਨਹੀਂ ਸਕੇ ਬਾਈ ਨੇ ਲਾਈ ਸੀ ਬੀਓਵੀ ਮਿਲੀ ਆ ਬਾਈ ਨੂੰ ਜੀ ਇੱਕ ਰੰਗੀ ਲਾਈ ਆ ਬਾਈ ਨੇ ਆ ਕਿੱਥੋਂ ਜੀ ਇਹ ਆਪਣੀ ਮਾਨਸਾ ਤੋਂ ਵੀਰੇ ਮਾਨਸਾ ਤੋਂ ਜੀ ਭਿੱਖੀ ਤੋਂ ਹੀ ਮਿਲੀ ਜੀ ਭਿੱਖੀ ਤੋਂ ਹੀ ਮਿਲਿਆ ਬਾਈ ਨੂੰ ਬੀਓਵੀ ਇਹ ਵੀ ਇਹ 'ਚ ਦੋ ਹੀ ਲਾਏ ਸੀ ਇੱਕ ਲਾਏ ਸੀ ਦੋ ਲਾਏ ਨੇ ਇਹ 'ਚ ਦੋ ਲਾਏ ਦੋ ਹੀ ਟਰਾਫੀਆਂ ਮਿਲੀਆਂ ਆ ਬੀਓਵੀ ਆ ਬੀਓਵੀ ਇਹ ਦੋ ਲਾਏ ਸੀ ਉਹਨੂੰ ਦੋ ਹੀ ਮਿਲੀਆਂ ਨੇ ਜੀ ਇਹ ਤੇ ਆਪਾਂ ਰੱਖਦੇ ਇਹਨਾਂ ਨੂੰ ਹਿਸਾਬ ਜੇ ਕਰਕੇ ਰੱਖਦੇ ਜੀ ਸੋਹਣੀਆਂ ਲੱਗਦੇ ਫਿਰ ਦੇਖਣ 'ਚ ਚੈਨਲ 'ਤੇ ਆ ਬਾਈ ਦੇ ਡੌਗ ਨੂੰ ਮਿਲੀਆਂ ਡੌਗ ਨੂੰ ਹੀ ਮਿਲੀਆਂ ਨੇ ਸਾਰੀਆਂ ਟਰਾਫੀਆਂ ਇਸੇ ਆਪਣੇ ਡੌਗ ਨੂੰ ਜੀ ਬਾਈ ਇਹਦੀ ਸਟੱਡ ਸਰਵਿਸ ਵੀ ਦਿੰਦੇ ਤੁਸੀਂ ਇਹਦੀ ਵੀਰੇ ਸਟੱਡ ਸਰਵਿਸ ਹੁਣ ਸ਼ੁਰੂ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਕੋਈ ਸਰਵਿਸ ਨਹੀਂ ਛੱਡਦੇ ਹਜੇ ਸ਼ੁਰੂ ਕਰਨੀ ਆ ਬਾਈ ਹਜੇ ਸ਼ੁਰੂ ਕਰਨੀ 12 ਮਹੀਨਿਆਂ ਦੀ ਕਰਕੇ ਛੱਡਾਂਗੇ ਵੀਰੇ ਹਜੇ 2-2.5 ਮਹੀਨੇ ਦਿੰਦੇ ਨਹੀਂ ਹੈਗੇ ਅੱਛਾ ਸਰਵਿਸ ਮਤਲਬ ਇਹਦੀ ਗਰੋਥ ਨੂੰ ਤੁਸੀਂ ਟਾਈਮ ਦੇ ਰਹੇ ਹੋ ਜੀ ਵੀ ਗਰੋਥ ਹੋ ਜਾਏ ਜੀ ਬੱਚੇ ਦੀ ਵਧੀਆ ਹਜੇ ਬਾਈ 3 ਮਹੀਨੇ ਹੋਰ ਸਟੱਡ ਸਰਵਿਸ ਸਟਾਰਟ ਨਹੀਂ ਕਰਦੇ ਜੀ ਇਹਦੀ ਬਾਈ ਛੋਟੇ ਲੈ ਬੱਚੇ ਹੁੰਦੇ ਜੀ ਵੀਰੇ ਕੋਈ ਬੱਚਾ ਨਹੀਂ ਹੁੰਦਾ ਆਪਣੇ ਆਪਾਂ ਅੱਛਾ ਅੱਛਾ ਸ਼ੌਂਕ ਨੂੰ ਹੀ ਰੱਖਿਆ ਬਾਈ ਨੇ ਥਾਈਲੈਂਡ ਇੰਪੋਰਟ ਦਾ ਡਾਇਰੈਕਟ ਸਨ ਆ ਅੱਛਾ ਜੀ ਬਾਈ ਨੇ ਸ਼ੌਂਕ ਨੂੰ ਬੱਚਾ ਰੱਖਿਆ ਜੀ ਇਹ ਥਾਈਲੈਂਡ ਦਾ ਡਾਇਰੈਕਟ ਸਨ ਆ ਜੀ ਇਹ ਇਹਦੇ ਡੈਡੀ ਦਾ ਨਾਮ ਕੀ ਸੀ ਫਾਦਰ ਦਾ ਮਿਸਟਰ ਰਾਇਲ ਮਿਸਟਰ ਰਾਇਲ ਜੀ ਉਹ ਕਿਹੜੇ ਕੈਨਨ ਤੋਂ ਜੀ ਉਹ ਰਾਇਲ ਸਟੱਡ ਸਰਵਿਸ ਹੈ ਫਿਰ ਉਹਨਾਂ ਦਾ ਅੱਛਾ ਉਹਨਾਂ ਦਾ ਨਾਮ ਆ ਜੀ ਰਾਇਲ ਸਟੱਡ ਸਰਵਿਸ ਜੀ ਇਹਦੇ ਫਾਦਰ ਦੇ ਨਾਮ ਤੋਂ ਹੀ ਕੈਨਨ ਬਣਿਆ ਹੈ ਜੀ ਰਾਇਲ ਰਾਇਲ ਸਟੱਡ ਸਰਵਿਸ ਉਹਨਾਂ ਦਾ ਨਾਮ ਆ ਜੀ ਉਹ ਰੱਖ ਰੱਖਿਆ ਕੈਨਲ ਦਾ ਜੀ ਉਹ ਤੋਂ ਉਹਦਾ ਡਾਇਰੈਕਟ ਸਨ ਆ ਜੀ ਉਹਨਾਂ ਨੇ ਇੰਪੋਰਟ ਕਰਿਆ ਥਾਈਲੈਂਡ ਤੋਂ ਵੀਰ ਉਹਨਾਂ ਤੋਂ ਬੱਚਾ ਤੁਸੀਂ ਉਹਨਾਂ ਤੋਂ ਲੈ ਗਏ ਸੀ ਹਾਂਜੀ ਹਾਂ ਕਿੰਨੇ ਕੁ ਦਿਨਾਂ ਸੀ ਜਦੋਂ ਲੈ ਗਏ ਸੀ ਇਹ ਵੀਰੇ ਮੈਂ 27 ਦਿਨਾਂ ਦਾ ਬੱਚਾ ਦੀ ਜਦੋਂ ਲੈ ਕੇ ਆਇਆ ਸੀ ਅੱਛਾ ਬਾਈ 27 ਦਿਨਾਂ ਦਾ ਬੱਚਾ ਲਿਆਏ ਸੀ ਜੀ ਉਹਨਾਂ ਤੋਂ ਬਾਈ ਫਿਰ ਐਡਾ ਅੱਗ ਤੀਆਂ ਹੱਥ ਤੇ ਵੀ ਨਹੀਂ ਆਉਂਦਾ ਸੀ ਜੇ ਤੁਹਾਨੂੰ ਮੈਂ ਵੀਡੀਓ ਦਿਖਾਉਂਗਾ ਮੇਰੇ ਫੋਨ 'ਚ ਪਈਆਂ ਨੇ ਹਾਂਜੀ ਹਾਂਜੀ ਐਡਾ ਅੱਗ ਦੀ ਹੱਥ ਤੇ ਵੀ ਨਹੀਂ ਆਉਂਦਾ ਸੀ ਆਪਦੇ ਹੱਥ ਨਾਲ ਮੈਂ ਚੁੰਗਣੀ ਨਾਲ ਦੁੱਧ ਪਲਿਆ ਪਲਿਆ ਕੇ ਪਾਲਿਆ ਹੋਇਆ ਹੈ ਰਾਤ ਨੂੰ ਸੌਂਦਾ ਹੀ ਮੇਰੇ ਨਾਲ ਹੁੰਦਾ ਵੀ ਇਹ ਠੀਕ ਹੈ ਠੀਕ ਹੈ ਹੁਣ ਤੁਸੀਂ ਮੇਰੇ ਨਾਲ ਬੈਠੋ ਐਂ ਕਰੋ ਤੁਸੀਂ ਮੇਰੇ ਹੱਥ ਲਾ ਕੇ ਦਿਖਾਓ ਅੱਛਾ ਜੀ ਨਾ ਨਾ ਬਾਈ ਡਰ ਲੱਗਦਾ ਹੈ ਮੈਂ ਤਾਂ ਇਹਨਾਂ ਤੋਂ ਹੋਰ ਬਾਈ ਮਾਲਕ ਦਾ ਵੀ ਵਫਾਦਾਰ ਹੁੰਦੇ ਨੇ ਇਹ ਬਾਈ ਨੇ ਜੀ ਬੱਚਿਆਂ ਵਾਂਗੂ ਪਾਲਿਆ ਜੀ ਪਹਿਲੇ ਦਿਨ ਹੀ ਬਾਈ ਨੇ ਲਿਆਂਦਾ ਸੀ ਬੱਚਾ 27-28 ਦਿਨਾਂ ਦਾ ਜੀ ਅਤੇ ਉਦੋਂ ਹੀ ਪਾਲਿਆ ਬਾਈ ਨੇ ਕਹਿੰਦੇ ਹੱਥ ਕੇ ਜਿੱਡਾ ਹੀ ਸੀ ਜੋ ਲੈ ਕੇ ਆਇਆ ਸੀ ਬਾਈ ਹੱਥ 'ਤੇ ਵੀ ਨਹੀਂ ਪੂਰਾ ਆਉਂਦਾ ਸੀ ਹੱਥ 'ਤੇ ਪੂਰਾ ਆਉਂਦਾ ਹੀ ਨਹੀਂ ਸੀ ਬਾਈ ਕਹਿੰਦੇ ਜੀ ਬਾਈ ਨੇ ਨਾਲ ਹੀ ਪਾਇਆ ਜੀ ਰੋਟੀ ਰੋਟੀ ਵੀ ਫਿਰ ਐਂ
ਵਧੀਆ ਰੋਟੀ ਤਾਂ ਦਿੱਤੀ ਹੀ ਨਹੀਂ ਹੈਗੀ ਆਪਾਂ ਅੱਛਾ ਰੋਟੀ ਦਿੱਤੀ ਹੋਣੀ ਬਾਈ ਨੇ ਹਾਂਜੀ ਫਿਰ ਕਾਹਦੇ ਰੱਖਿਆ ਜੀ ਮੈਂ ਤਾਂ ਇਹਨੂੰ ਜ਼ਿਆਦਾ ਬੱਕਰੀਆਂ ਦਾ ਦੁੱਧ ਪਿਲਾਉਂਦਾ ਰਿਹਾ ਅੱਛਾ ਬੱਕਰੀਆਂ ਦਾ ਦੁੱਧ ਜਦੋਂ ਜਾਂ ਇਹਨੂੰ ਮੈਂ ਬਸ ਦਹੀਂ ਦਿੰਦੀ ਆ ਜਦੋਂ ਦਹੀਂ ਤੋਂ ਬਾਅਦ ਚੋਂ ਹਾਂਜੀ ਇਹਨੂੰ ਮੈਂ ਰਾਇਲ ਕੈਨਲ ਦੀ ਫੀਡ ਦਿੱਤੀ ਆ ਬਸ ਅੱਛਾ ਰਾਇਲ ਕੈਨਲ ਦੀ ਉਹਨਾਂ ਦੀ ਆਪਦੀ ਵੀ ਰਾਇਲ ਕੈਨਲ ਨਾ 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 ਰਾਇਲ ਕੈਨਲ ਕੰਪਨੀ ਉਹ ਅਲੱਗ ਹੁੰਦੀ ਹੈ ਫੀਡ ਮਾਗ ਤੇ ਉਹਨਾਂ ਨੇ ਨਾਮ ਤੀ ਬਣਾਇਆ ਰਾਇਲ ਕੈਨਲ ਦੀ ਬਾਈ ਨੇ ਫੀਡ ਪਾ ਕੇ ਪਾਲਿਆ ਜੀ ਰਾਇਲ ਹੀ ਇਹਦੇ ਫਾਦਰ ਦਾ ਨਾਮ ਸੀ ਤੇ ਵੀ ਜੀ ਕੁਛ ਇਹਦੇ ਬਾਰੇ ਹੋਰ ਚਾਹਣਾ ਪਾਓ ਜੀ ਅੱਗੇ ਕੀ ਕਰਨਾ ਅੱਗੇ ਹੋਰ ਬੱਚੇ ਰੱਖਣੇ ਇਸ ਨੇ ਹੁਣ ਵੀਰੇ ਆਪਾਂ ਇੱਕ ਫੀਮੇਲ ਲੈ ਕੇ ਆ ਰਹੇ ਹਾਂ ਹਾਂਜੀ ਹੋਮ ਬਰੀਡਿੰਗ ਕਰਾਇਆ ਕਰਾਂਗੇ ਜੀ ਹੋਮ ਬਰੀਡਿੰਗ ਗਊਆਂ ਦੇ ਕੁੱਤੇ ਬਹੁਤ ਮੰਗਦੇ ਨੇ ਕਤੂਰਾ ਕੋਈ ਹਰ ਇੱਕ ਬੰਦਾ ਮੰਗਦਾ ਐਂ ਆਪਣੇ ਲਿੰਕ 'ਚ ਬੰਦੇ ਆਉਂਦੇ ਜਾਂਦੇ ਨੇ ਹੁਣ ਫੋਨ ਕਰਦੇ ਨੇ ਕਿਸੇ ਨੂੰ ਮੋੜਿਆ ਨਹੀਂ ਜਾਂਦਾ ਵੀਰੇ ਘਰੇ ਆਏ ਬੰਦੇ ਨੂੰ ਨਿਰਾਸ਼ ਹੁੰਦੇ ਨੇ ਜੀ ਜਦੋਂ ਤੁਸੀਂ ਕਹਿੰਦੇ ਵੀ ਇਹਦਾ ਬੱਚਾ ਹੈ ਨਹੀਂ ਤਾਂ ਉਹ ਨਿਰਾਸ਼ ਹੋ ਕੇ ਵਾਪਸ ਹੁੰਦੇ ਨੇ ਬਾਈ ਕਹਿੰਦਾ ਉਹ ਦੇਖੇ ਨਹੀਂ ਜਾਂਦੇ ਨਿਰਾਸ਼ ਹੁੰਦੇ ਬਾਈ ਨੇ ਹੁਣ ਫੀਮੇਲ ਲਿਆਉਣੀ ਆ ਜੀ ਇੱਕ ਦੋ ਚਾਰ ਦਿਨਾਂ 'ਚ ਫੀਮੇਲ ਲੈ ਲਈ ਬਾਹਰ ਲਿਆ ਕੇ ਰੱਖਾਂਗੇ ਹੁਣ ਆਪਾਂ ਉਹਦੀ ਹੋਮ ਬਰੀਡਿੰਗ ਹੀ ਕਰਾਂਗੇ ਵੀਰੇ ਕੁਝ ਐਂ ਕਿਸੇ ਤੋਂ ਆਪਾਂ ਬੱਚਾ ਨਹੀਂ ਚੱਕਦੇ ਹੈਗੇ ਨਾ ਕਿਸੇ ਨੂੰ ਐਂ ਸਟੱਡ ਸਰਵਿਸ ਆਪਾਂ ਛੱਡਣੀ ਸ਼ੁਰੂ ਕਰਨੀ ਹੈ ਇਹ ਅੱਛਾ ਆਪਦੀ ਹੋਮ ਸਰਵਿਸ ਹੀ ਰੱਖਾਂਗੇ ਠੀਕ ਆ ਬਾਈ ਕਹਿੰਦੇ ਸੀ ਸਟੱਡ ਸਰਵਿਸ ਜੀ ਗਾਹਾਂ ਉਪਲਬਧ ਨਹੀਂ ਕਰਾਉਂਦੇ ਜੀ ਇਹ ਆਪਦੇ ਲਈ ਰੱਖਣਗੇ ਹੋਮ ਬਰੀਡਿੰਗ ਲਈ ਆਪਦੀਆਂ ਫੀਮੇਲਾਂ ਲਈ ਬਾਈ ਫੀਮੇਲ ਲੈ ਕੇ ਆਉਣਗੇ ਵਧੀਆ ਕੁਆਲਿਟੀ ਲੈ ਕੇ ਆਉਂਗੀ ਫੀਮੇਲ ਵਧੀਆ ਕੁਆਲਿਟੀ ਦੀ ਵੀਰੇ ਥਾਈਲੈਂਡ ਇੰਪੋਰਟ ਕਰਾ ਰਹੇ ਮੈਂ ਅਸੀਂ ਆਪ ਖੁਦ ਇੰਪੋਰਟ ਕਰਾ ਰਹੇ ਹਾਂ ਇੰਪੋਰਟ ਕਰਾ ਰਹੇ ਹਾਂ ਬਾਈ ਥਾਈਲੈਂਡ ਤੋਂ ਹੀ ਖੁਦ ਇੰਪੋਰਟ ਕਰਾ ਰਹੇ ਨੇ ਫੀਮੇਲਾਂ ਬਾਈ ਕਹਿੰਦੇ ਬੱਚਾ ਇੰਪੋਰਟ ਦੀ ਦੇਣਾ ਇਹ ਡਾਇਰੈਕਟ ਸਾਣਾ ਜੀ ਉਹ ਖੁਦ ਇੰਪੋਰਟ ਹੋਊ ਜੀ ਥਾਈਲੈਂਡ ਤੋਂ ਤਾਂ ਬਾਈ ਦੇ ਵਧੀਆ ਕੁਆਲਿਟੀ ਦੇ ਬੱਚੇ ਮਿਲਣਗੇ ਜੀ ਬਾਈ ਨਾਲ ਕੰਟੈਕਟ ਕਰ ਲਿਓ ਜੀ ਤੁਸੀਂ ਬਾਈ ਆਪਣੀ ਲੋਕੇਸ਼ਨ ਕੀ ਮੇਰੀ ਲੋਕੇਸ਼ਨ ਵੀਰੇ ਭਵਾਨੀਗੜ੍ਹ ਆ ਭਵਾਨੀਗੜ੍ਹ ਹਾਂਜੀ ਭਵਾਨੀਗੜ੍ਹ ਖਾਸ ਭਵਾਨੀਗੜ੍ਹ ਜੀ ਖਾਸ ਭਵਾਨੀਗੜ੍ਹ ਵੀਰੇ ਖਾਸ ਬਾਈ ਭਵਾਨੀਗੜ੍ਹ ਹੀ ਰਹਿੰਦੇ ਨੇ ਜੀ ਬਾਈ ਕੋਈ ਨੀਅਰ ਕੋਈ ਐਡਰੈਸ ਜੀ ਭਵਾਨੀਗੜ੍ਹ ਨਿਊ ਬੱਸ ਸਟੈਂਡ SBI ਬੈਂਕ ਨੀਅਰ ਠੀਕ ਹੈ ਜੀ ਨੀਅਰ SBI ਬੈਂਕ ਲਵੇ ਬਾਈ ਦਾ ਘਰ ਆ ਜੀ ਬਾਈ ਜੀ ਕੋਈ ਕੈਨਲ ਦਾ ਨਾਮ ਸੋਚਿਆ ਤੁਸੀਂ ਵੀਰੇ ਹਜੇ ਤਾਂ ਕੋਈ ਫਿਲਹਾਲ ਨਹੀਂ ਅੱਛਾ ਪਰ ਮੇਰੇ ਸਲਾਹ ਬੰਦੇ ਵੀ ਧਮਾਨ ਡੋਗ ਫਾਰਮ ਅੱਛਾ ਧਮਾਨ ਡੋਗ ਫਾਰਮ ਬਾਈ ਨਾਮ ਸੋਚਿਆ ਜੀ ਬਾਈ ਨੇ ਕੈਨਲ ਦਾ ਰੱਖਣ ਲਈ ਜੀ ਥਾਈਲੈਂਡ ਤੋਂ ਇੰਪੋਰਟ ਬਾਈ ਲਵੇ ਡਾਇਰੈਕਟ ਜੀ ਥਾਈਲੈਂਡ ਤੋਂ ਇੰਪੋਰਟ ਕਰਾਉਣੀਆਂ ਨੇ ਫੀਮੇਲਾਂ ਜੀ ਇਹ ਡਾਇਰੈਕਟ ਫੀਮੇਲ ਉਹਦਾ ਡਾਇਰੈਕਟ ਸਾਨਾ ਜੀ ਥਾਈਲੈਂਡ ਤੋਂ ਜਿਹੜਾ ਇਹਦਾ ਫਾਦਰ ਜੀ ਇੰਪੋਰਟ ਕਰਾਇਆ ਗਿਆ ਸੀ ਬਾਈ ਲਵੇ ਬਹੁਤ ਹੀ ਬੈਸਟ ਕੁਆਲਿਟੀ ਹੋਣ ਵਾਲੀ ਹੈ ਜੀ ਪਪੇਰੀਅਨ 'ਚ ਪਪੇਰੀਅਨ ਹੀ ਰੱਖਣਾ ਜੀ ਇਕੱਲੇ ਹਾਂਜੀ ਜੀ ਬਾਈ ਇਕੱਲੇ ਪਪੇਰੀਅਨ ਹੀ ਰੱਖਣਗੇ ਜੀ ਪਪੇਰੀਅਨ 'ਚ ਹੀ ਡੀਲ ਕਰਨਗੇ ਜੀ ਤਾਂ ਤੁਸੀਂ ਬਾਈ ਤੋਂ ਬੱਚਾ ਲੈ ਸਕਦੇ ਹੋ ਬਾਈ ਜੀ ਕੰਟੈਕਟ ਨੰਬਰ ਬੋਲਦੇ ਵਿੱਚ ਵੀਰੇ ਆਪਣਾ ਕੰਟੈਕਟ ਨੰਬਰ ਹੈਗਾ 7372-6606 ਬਾਈ ਦਾ ਕੰਟੈਕਟ ਨੰਬਰ ਆ ਜੀ ਬਾਈ ਦੁਬਾਰਾ ਰਿਪੀਟ ਕਰ ਦਿਓ ਇੱਕ ਵਾਰ ਆਪਣਾ ਕੰਟੈਕਟ ਨੰਬਰ ਹੈ ਵੀਰੇ 7372-6606 ਇਹ ਬਾਈ ਦਾ ਕੰਟੈਕਟ ਨੰਬਰ ਆ ਜੀ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਬਾਈ ਕਿੰਨੇ ਕੁ ਟਾਈਮ 'ਚ ਵੈਸੇ ਮੁਹੱਈਆ ਕਰਾ ਦੂੰਗੀ ਜੀ ਤੁਸੀਂ ਇੰਪੋਰਟ ਕਰਾਉਂਦਾ ਜੀ ਕਦੋਂ ਤੱਕ ਸੋਚਿਆ ਜੀ ਵੀਰੇ ਇੰਪੋਰਟ ਪੈਸੇ ਵੀ ਭਰੇ ਹੋਏ ਨੇ ਆਪਾਂ ਨੇ ਸਾਰਾ ਕੁਛ ਕਰਿਆ ਹੋਇਆ ਠੀਕ ਹੈ ਜੀ ਮਤਲਬ ਫੀਮੇਲ ਆ ਜੂਗੀ ਮਤਲਬ ਮਹੀਨੇ 'ਚ 1.5-2 ਮਹੀਨੇ ਤੱਕ ਫੀਮੇਲ ਪਹੁੰਚ ਜੂ ਆਪਣੇ ਲਵੇ ਠੀਕ ਹੈ ਅਤੇ ਬਾਕੀ ਵੀਰੇ ਆਪਣਾ ਆਉਂਦੇ ਡੋਗ ਸ਼ੋਆਂ 'ਚ ਜਦੋਂ ਸ਼ੋਅ ਸ਼ੁਰੂ ਹੋ ਗਏ ਆਪਾਂ ਇਹਦੇ ਬੱਚੇ ਕਰਾ ਲਾਂਗੇ ਸਟਾਰਟ ਨੂੰ ਠੀਕ ਹੈ ਬਾਈ ਕਹਿੰਦਾ ਅਗਲੇ ਸੀਜ਼ਨ 'ਚ ਜੀ ਆਪਾਂ ਨੇ ਕਹਿੰਦਾ ਬੱਚੇ ਲੈ ਲੈਣੇ ਜੀ ਤੋਂ ਅਗਲੇ ਸੀਜ਼ਨ 'ਚ ਬਾਈ ਕਹਿੰਦਾ ਸਾਰੇ ਸ਼ੋਅ ਆਪਣੇ ਹੋਣੇ ਆ ਬਾਈ ਕਹਿੰਦਾ ਟਰਾਫੀਆਂ ਫੇਰ ਦੁਬਾਰਾ ਇਦੂ ਵੱਡੀ ਲੈਣ ਲਾ ਦੇਣੀਆਂ ਬਾਈ ਕਹਿੰਦਾ ਬਾਈ ਨੇ ਜੀ ਵੀਰੇ 3 ਸ਼ੋਆਂ 'ਚ ਪਾਏ ਦੀ ਆਪਾਂ ਨੇ 3 ਸ਼ੋਆਂ 'ਚ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਕਦੇ ਖਾਲੀ ਨਹੀਂ ਆਏ ਠੀਕ ਹੈ ਜੀ ਬਾਈ ਨੇ 3 ਸ਼ੋਆਂ 'ਚ ਪਾਇਆ ਸੀ ਇੱਕ 'ਚ ਬਾਈ ਤੋਂ ਰਿੰਗ ਲੱਗੀ ਨਹੀਂ ਕਹਿੰਦਾ ਬਾਈ ਕਹਿੰਦਾ ਗੱਡੀ ਖਰਾਬ ਹੋ ਗਈ ਸੀ ਨਹੀਂ 2 ਟਰੋਫੀਆਂ ਬਾਈ ਦੀਆਂ ਹਰੇਕ ਸ਼ੋਅ 'ਚ ਹੁੰਦੀਆਂ ਨੇ ਜੀ ਆਹ ਤੁਹਾਡੇ ਸਾਹਮਣੇ ਪਈ ਜਾਣੀ 3 ਸ਼ੋਅ ਲਾਇਆ ਬਾਈ ਨੇ ਅੱਜ ਤੱਕ ਤਾਂ ਮੂੰਹ ਤਾਂ ਨਹੀਂ ਮੁੜਕਿਆ ਜੀ ਖਾਲੀ ਨਾ ਜੀ ਵੀਰੇ ਬਾਈ ਅੱਜ ਤੱਕ ਕਹਿੰਦਾ ਖਾਲੀ ਮੁੜਕੀ ਨਹੀਂ ਆਏ ਕਿਤੋਂ ਧੂਰੀ ਡੋਗ ਸ਼ੋਅ 'ਚ ਵੀਰੇ ਸਾਨੂੰ ਐਂ ਵੀ ਨਹੀਂ ਪਤਾ ਜੀ ਵੀ ਕੁੱਤਾ ਕਿੱਦਾਂ ਪਾਈਦਾ ਹੁੰਦਾ ਕੀ ਕੁਛ ਲੈ ਕੇ ਜਿਵੇਂ ਹੁਣ ਆਪਾਂ ਇਹਦੇ ਹਾਰਨੈਸ ਪਾ ਰਹੇ ਆ ਹਾਂਜੀ ਮੈਂ ਹਾਰਨੈਸ ਪਾ ਕੇ ਲੈ ਗਿਆ ਠੀਕ ਹੈ ਠੀਕ ਹੈ ਮੁੰਡਾ ਕਹਿੰਦਾ ਵੀਰੇ ਇਹਦੇ ਹਾਰਨੈਸ ਨਹੀਂ ਚੱਲਦੀ ਮੈਂ ਉੱਥੋਂ ਰੱਸੀ ਚੱਕ ਕੇ ਐਂ ਪਾ ਦੀ ਗੱਲ 'ਚ ਠੀਕ ਹੈ ਐਂ ਮੈਂ ਰਿੰਗ ਲਾਇਆ ਆ ਠੀਕ ਹੈ ਲੱਗ ਗਏ ਵੀਰੇ ਐਂ ਚਲੋ ਤੁਹਾਨੂੰ ਟਰੋਫੀ ਮਿਲ ਗਈ ਬਾਈ ਹੋਰਾਂ ਨੇ ਪਹਿਲੀ ਵਾਰ ਇਸੇ ਸੀਜ਼ਨ 'ਚ ਜੀ ਧੂਰੀ ਡੋਗ ਸ਼ੋਅ 'ਚ ਹੀ ਲਾਇਆ ਜੀ ਆਪਣਾ ਡੋਗ ਜੀ ਅਤੇ ਉੱਥੋਂ ਬਾਈ 2 ਟਰੋਫੀਆਂ ਲੈ ਕੇ ਆਏ ਧੂਰੀ ਧੂਰੀਓਂ ਬਾਈ 2 ਟਰੋਫੀਆਂ ਲੈ ਕੇ ਆਏ ਨੇ ਜੀ ਭੀਖੀ ਤੋਂ ਵੀ 2 ਲੈ ਕੇ ਆਏ ਨੇ ਜੀ ਪਟਿਆਲੇ ਬਾਈ ਦੀ ਗੱਡੀ ਖਰਾਬ ਹੋਣ ਕਰਕੇ 1 ਮਿਲੀ ਜੀ ਨਹੀਂ ਹਰੇਕ ਕਿਤੋਂ 2 ਹੀ ਲੈ ਕੇ ਆਉਂਦਾ ਬਾਈ ਟਰੋਫੀਆਂ ਜੀ ਜਿੱਥੇ ਲਾ ਆਉਂਦਾ ਬਾਈ ਕਹਿੰਦਾ ਟਰੋਫੀ ਮਿਲਦੀ ਹੈ ਜੀ ਜਦੋਂ ਵੀ ਕੋਈ ਪਪੇਰੀਅਨ ਰੱਖਣਾ ਬਾਈ ਨੇ ਮੇਰੀ ਰਾਏ ਆ ਵੀ ਵਧੀਆ ਨਸਲ ਦੀ ਰੱਖੋ ਜਦੋਂ ਬੱਚਾ ਰੱਖਣਾ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਹੋਰਾਂ ਨਾਲ ਬਹੁਤ ਵਧੀਆ ਨਸਲ ਦਾ ਪਪੇਰੀਅਨ ਆ ਇਦੂ ਗਾਂ ਬਾਈ ਨੇ ਇੰਪੋਰਟ ਹੀ ਕਰਾਉਣੇ ਆ ਜੀ ਜਿਹੜੇ ਬੱਚੇ ਲੈਣੇ ਆ ਜਿਨ੍ਹਾਂ ਤੋਂ ਫੀਮੇਲ ਆ ਉਹ ਇੰਪੋਰਟ ਕਰਾਉਣੀਆਂ ਨੇ ਜੀ ਤਾਂ ਬਾਈ ਨਾਲ ਕੰਟੈਕਟ ਕਰੋ ਜੀ ਧੰਨਵਾਦ ਧੰਨਵਾਦ ਵੀਰੇ